ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਦੋਸਤੋ ਮਹਿੰਦਰਜੀਤ ਸਿੰਘ ਤੁਸੀਂ ਦੇਖ ਰਹੇ ਹੋ ਟੂਰਿਸਟ ਲ ਇੰਡੀਆ ਇੰਸਟਾਗ੍ਰam ਫੇਸਬੁਕ ਤੇ YouTube ਚੈਨਲ ਦੋਸਤੋ ਆਪਣੀ ਵੀਡੀਓ ਹੁੰਦੀ ਹੈ ਕਿਆਓ ਐਨ ਐ ਯਾਨੀ ਕਿ ਕੁਐਸਚਨ ਤੇ ਆਨਸਰ ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਮੈਨੂੰ ਸਵਾਲ ਕਰਦੇ ਹੋ ਤਾਂ ਮੇਰੇਡੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ ਚ ਦੱਣਾ ਹੁੰਨਾ ਹੈ ਤੇ ਇਹ ਵੀਡੀਓ ਰਾਤ ਨੂੰ 8:30 ਵਜੇ ਹੀ YouTube ਤੋਂ ਰਿਲੀਜ਼ ਹੁੰਦੀ ਹੈ ਸੋ ਕਮੈਂਟਸ ਸਾਨੂੰ ਬਹੁਤ ਜ਼ਿਆਦਾ ਆਉਂਦੇ ਨੇ ਸਾਰੇ ਕਮੈਂਟ ਇਸ ਪ੍ਰੋਗਰਾਮ ਦੇ ਵੀ ਸ਼ਾਮਿਲ ਨਹੀਂ ਕੀਤਾ ਜਾ ਸਕਦੇ ਕਿਉਂਕਿ ਟਾਈਮ ਦੀ ਲਿਮਿਟੇਸ਼ਨ ਹੁੰਦੀ ਹੈ ਅਸੀਂ ਜਿਹੜੀ ਵੀਡੀਓ ਹੁੰਦੀ ਹੈ 15-20 ਮਿੰਟ ਦੀ ਹੀ ਵੀਡੀਓ ਹੁੰਦੀ ਹੈ ਜਿਆਦਾ ਲੰਬੀ ਵੀਡੀਓ ਜਿਹੜੀ ਹੈਗੀ ਹੈ ਉਹ ਨਹੀਂ ਪਾ ਸਕਦੇ ਕਿਉਂਕਿ ਇੰਨਾ ਟਾਈਮ ਕਿਸੇ ਕੋਲ ਨਹੀਂ ਹੁੰਦਾ ਸੋ ਉਸ ਕਰਕੇ ਅਸੀਂ ਚੋਣਵੇਂ ਜਿਹੜੇ ਕਮੈਂਟਸ ਹੁੰਦੇ ਨੇ ਉਹ ਹੀ ਚੱਕਦੇ ਹਾਂ ਪਰ ਜਿਹਦਾ ਅਸੀਂ ਕਮੈਂਟ ਚੱਕਦੇ ਹਾਂ ਉਹਦਾ ਨਾਲ ਰਿਪਲਾਈ ਕਰ ਦਿੰਨੇ ਆ ਕਿ ਤੁਹਾਡਾ ਜਿਹੜਾ ਕਮੈਂਟ ਹੈਗਾ ਉਹ ਇਸ ਨੰਬਰ ਕਿਆਊਐਨਏ ਦੇ ਵਿੱਚ ਸ਼ਾਮਿਲ ਹੋਵੇਗਾ ਕਿਉਂਕਿ ਅਸੀਂ ਹਰ ਇੱਕ ਕਿਆਊਐਨਏ ਨੂੰ ਆਪਣਾ ਇੱਕ ਨੰਬਰ ਦੰਨੇ ਹੈਗੇ ਆ ਸੋ ਜਿਵੇਂ ਅੱਜ ਅਸੀਂ 193 ਜਿਹੜਾ ਹੈ ਕਿਆਊਐਨਏ ਹੈ ਉਹ ਕਰ ਰਹੇ ਹੈਗੇ ਆ ਤੇ ਇਸੇ ਤਰ੍ਹਾਂ ਹਰ ਇੱਕ ਕਿਆਊਐਨਏ ਦਾ ਇੱਕ ਨੰਬਰ ਦਿੱਤਾ ਹੁੰਦਾ ਸੋ ਜਿਸ ਨੇ ਆਪਣੇ ਕਮੈਂਟ ਦਾ ਜਵਾਬ ਲੈਣਾ ਹੋਵੇ ਆਪਣਾ ਕਮੈਂਟ ਦੇ ਵਿੱਚ ਰਿਪਲਾਈ ਜਰੂਰ ਚੈੱਕ ਕਰ ਲੈ ਕੇ ਕਿਹੜੇ ਨੰਬਰ ਕਿਆਊਐਨਏ ਦੇ ਵਿੱਚ ਮੇਰਾ ਰਿਪਲਾਈ ਆਏਗਾ ਸੋ ਜਿਨ੍ਹਾਂ ਦੇ ਸ਼ਾਮਿਲ ਨਹੀਂ ਕਰ ਸਕਦੇ ਕਮੈਂਟਸ ਉਹਨਾਂ ਨੂੰ ਅਸੀਂ ਹੱਥ ਬੰਨ੍ਹ ਕੇ ਸੌਰੀ ਮੰਗਦੇ ਆ ਸੋ ਆਓ ਸ਼ੁਰੂ ਕਰਦੇ ਆ ਅੱਜ ਦਾ ਕਿਆਊਐਨਏ ਪਹਿਲਾ ਕਮੈਂਟ ਹੈ ਜੀ ਸਰਾਉਂਗ ਅਫੀਸ਼ੀਅਲ ਦਾ ਲਿਖਦੇ ਨੇ ਭਾਜੀ ਕਈ ਏਜੰਟ ਟੂਰਿਸਟ ਵੀਜ਼ਾ ਲਗਾਉਣ ਲਈ ਕੱਲਾ ਪਾਸਪੋਰਟ ਪੈਨ ਕਾਰਡ ਆਧਾਰ ਕਾਰਡ ਲੈਂਦੇ ਨੇ ਪੈਸੇ 15 ਲੱਖ ਤੋਂ ਵੱਧ ਲੈਂਦੇ ਆ ਜੀ ਕਦੇ ਕਿਹੜੇ ਬੇਸ ਤੇ ਫਾਈਲ ਲਾਉਂਦੇ ਨੇ ਆਪਣੀ ਦੇਖੋ ਵੀਰ ਸਾਨੂੰ ਕਿਸੇ ਦਾ ਕੀ ਪਤਾ ਕੋਈ ਕਿੰਨੇ ਪੈਸੇ ਲੈਂਦਾ ਹੈਗਾ ਤੇ ਕਿਵੇਂ ਫਾਈਲ ਆਂਦਾ ਹੈਗਾ ਸੋ ਹਰ ਇੱਕ ਕੰਸਲਟੈਂਟ ਦਾ ਜਾਂ ਬੰਦੇ ਦਾ ਕੰਮ ਕਰਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਕੋਈ 5000 ਵੀ ਚਾਰਜ ਕਰਦਾ ਹੈ ਤੇ ਕੋਈ 15 ਤੋਂ 20 ਲੱਖ ਵੀ ਚਾਰਜ ਕਰਦਾ ਹੈਗਾ ਸੋ ਅਸੀਂ ਕਿਸੇ ਦੇ ਕੰਮ ਤੇ ਕੋਈ ਕਮੈਂਟ ਜਿਹੜਾ ਹੈਗਾ ਉਹ ਨਹੀਂ ਕਰਨਾ ਚਾਹੁੰਦੇ ਠੀਕ ਹੈ ਜੀ ਕੋਈ ਕਿਵੇਂ ਫਾਈਲ ਲਾਂਦਾ ਕਿਵੇਂ ਨਹੀਂ ਲਾਂਦਾ ਇਹ ਉਸ ਤੇ ਡਿਪੈਂਡ ਕਰਦਾ ਹੈ ਜਿਹੜਾ ਬੰਦਾ ਕੰਮ ਕਰਵਾਉਂਦਾ ਹੈਗਾ ਉਸ ਤੇ ਡਿਪੈਂਡ ਕਰਦਾ ਸਾਨੂੰ ਆਪਣੇ ਕੰਮ ਦਾ ਪਤਾ ਕਿ ਅਸੀਂ ਕਿਵੇਂ ਕਰਦੇ ਹੈਗੇ ਆ ਅਸੀਂ ਇੰਨੇ ਪੈਸੇ ਨਹੀਂ ਲੈਂਦੇ ਸ਼ਸ਼ੀ ਮਜੂਤਰਾ ਲਿਖਦੇ ਨੇ ਸਰ ਪਲੀਜ਼ ਰਿਪਲਾਈ ਕਰਨਾ ਮੈਂ ਆਪਕੋ ਰੋਜ਼ ਮੈਸੇਜ ਕਰ ਰਹਾ ਹਾਂ आप रिप्लाई नहीं करते प्लीज़ रिप्लाई करना आज सर मेरे सैलरी फाइव मंथ से बैंक अकाउंट में है फाइव मंथ से बैंक स्टेटमेंट भी है सर बैंक बैलेंस सिक्स लाख है यूके का रिफ्यूज़ल भी है आ, मेरा जॉब नहीं थी अब कनेडा का स्पाउस कनेडा की स्पॉन्सर है सैलरी सिक्सटी थ्री थाउजेंड है ਦੇਖੋ ਜੇ ਤੁਹਾਡੀ 63000 ਰੁਪਏ ਸੈਲਰੀ ਹੈ ਸੈਲਰੀ ਅਕਾਊਂਟ ਦੇ ਵਿੱਚ ਆਂਦੀ ਹੈ ਤਾਂ ਵਧੀਆ ਗੱਲ ਹੈ ਵੀਜ਼ਾ ਲੱਗ ਸਕਦਾ ਹੈਗਾ ਟਰਾਈ ਕਰ ਲਓ ਵਧੀਆ ਆਪਦੇ ਪੇਪਰ ਤੁਸੀਂ ਦਿਖਾਓ ਆਪਦੀ ਆਈਟੀਆਰ ਆਪਦੀ ਬੈਂਕ ਸਟੇਟਮੈਂਟ ਬੈਂਕ ਬੈਲੈਂਸ ਹੋਰ ਜਿਹਨਾਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਸੋ ਤੁਹਾਡੇ ਕੰਸਲਟੈਂਟ ਨੂੰ ਕਿੱਥੋਂ ਤੁਸੀਂ ਅਪਲਾਈ ਕਰੋਗੇ ਉਹਦੇ ਤਰੀਕੇ ਨਾਲ ਫਾਈਲ ਲਾਣੀ ਚਾਹੀਦੀ ਹੈ ਤੁਹਾਨੂੰ ਵਧੀਆ ਆਪਣੇ ਪੇਪਰ ਦੇਣੇ ਚਾਹੀਦੇ ਨੇ ਵੀਜ਼ਾ ਜਿਹੜਾ ਹੈਗਾ ਤੁਹਾਡਾ ਆ ਸਕਦਾ ਹੈਗਾ ਜੀ ਅਗਲਾ ਕਮੈਂਟ ਹੈ ਜੀ सोनू ਗਿਲਦਾ ਲਿਖਦੇ ਨੇ ਭਾਜੀ ਕੈਨੇਡਾ ਦਾ ਟੂਰਿਸਟ ਵੀਜ਼ਾ ਲੱਗ ਜਾਣ ਤੋਂ ਬਾਅਦ ਜਦੋਂ ਆਪਾਂ ਕੈ ਕਿੰਨਾ ਕੈਸ਼ ਡਾਲਰ ਕੋਲ ਹੋਣਾ ਚਾਹੀਦਾ ਇਹ ਜ਼ਰੂਰੀ ਹੈ ਦੇਖੋ ਜ਼ਰੂਰੀ ਤਾਂ ਕੁਝ ਨਹੀਂ ਹੁੰਦਾ ਕਿਉਂਕਿ ਅੱਜ ਕੱਲ ਜ਼ਰੂਰੀ ਨਹੀਂ ਕਿ ਤੁਸੀਂ ਕੈਸ਼ ਲੈ ਕੇ ਜਾਓ ਤੁਸੀਂ ਕਾਰਡ ਵੀ ਲੈ ਜਾ ਸਕਦੇ ਹੋ ਤੇ ਇਮੀਗ੍ਰੇਸ਼ਨ ਵੱਲੋਂ ਕੋਈ ਇਸ ਤਰ੍ਹਾਂ ਦਾ ਸਵਾਲ ਤੁਹਾਨੂੰ ਨਹੀਂ ਹੁੰਦਾ ਕਿ ਤੁਹਾਡੇ ਕੋਲ ਕੈਸ਼ ਕਿੰਨਾ ਹੈ ਠੀਕ ਹੈ ਹਾਈ ਪੁੱਛ ਸਕਦੇ ਨੇ ਕੀ ਤੁਹਾਡੇ ਕੋਲ ਸਫੀਸ਼ੀਐਂਟ ਬੈਲੈਂਸ ਹੈ ਘੁੰਮਣ ਵਾਸਤੇ 댓ਸ ਇਟ ਘੱਟੋ ਘੱਟ ਕੈਸ਼ ਦਾ ਕੋਈ ਲਿਮਿਟ ਨਹੀਂ ਹੁੰਦੀ ਵੱਧ ਤੋਂ ਵੱਧ ਤੁਸੀਂ 10000 ਡਾਲਰ ਜਿਹੜਾ ਹੈਗਾ ਇੱਕ ਟਾਈਮ 'ਚ ਕੈਸ਼ ਲਿਜਾ ਸਕਦੇ ਹੋ ਇਸ ਤੋਂ ਜ਼ਿਆਦਾ ਤੁਸੀਂ ਜਿਹੜਾ ਕੈਸ਼ ਹੈਗਾ ਨਹੀਂ ਲਿਜਾ ਸਕਦੇ ਸੋ ਘੱਟ ਤੋਂ ਘੱਟ ਕੋਈ ਸੀਮਾ ਨਹੀਂ ਹੁੰਦੀ ਪਰ ਕੋਈ ਬੰਦਾ ਜਦੋਂ ਕੈਨੇਡਾ ਜਾਂਦਾ ਹੈ ਕੁਛ ਨਾ ਕੁਛ ਕੈਸ਼ ਜਿਹੜਾ ਹੈ ਨਾਲ ਲੈ ਕੇ ਜ਼ਰੂਰ ਜਾਂਦਾ ਹੈ ਪਲੱਸ ਤੁਸੀਂ ਆਪਦਾ ਏਟੀਐਮ ਡੈਬਿਟ ਕਾਰਡ ਕੈਡੀਗਾਰਡ ਵੀ ਜਿਹੜਾ ਹੈਗਾ ਯੂਜ਼ ਕਰ ਸਕਦੇ ਹੋ ਜੀ ਤ੍ਰਿਸ਼ਨਾ ਬਗਲਾ ਲਿਖਦੇ ਨੇ सर जी क्या बायोमेट्रिक टूरिस्ट वीजा आने के बाद भी हो सकते हैं क्या क्या जब हम फॉर्म फिल करते हैं उसमें कोई ऐसा ऑप्शन आता है कि बायोमेट्रिक पहले करवाने हैं बाद में कनाडा के लिए बताना सर जी कृष्णा जी ये बिल्कुल नहीं होता आपके बायोमेट्रिक वो पहले ही होंगे ठीक है बायोमेट्रिक लेने का मतलब क्या होता है कि आपका कोई क्रिमिनल बैकग्राउंड तो नहीं है आपने पहले कोई कुछ रॉन्ग इन्फॉर्मेशन तो नहीं दी हुई पहले आपने कहीं की आपकी एप्लीकेशन तो नहीं लगी हुई तो बायोमेट्रिक से वो मैच करते हैं तो इनका ये स्टैंडर्ड प्रोसीजर है बायोमेट्रिक होने के बिना आपकी जो फाइल है वो प्रस्यू नहीं होती या उसका रिजल्ट ही नहीं आता आपकी फाइल तब स्टार्ट होती है प्रोसेस जब आपका बायोमेट्रिक हो जाता है सो तो बायोमेट्रिक मैंडेटरी है और ये होते भी ਅ ਰਿਜ਼ਲਟ ਆਣੇ ਕੀ ਪਹਿਲੇ ਹੈ ਬਾਅਦ ਮੇਂ ਆਪ ਨਹੀਂ ਕਰ ਸਕਤੇ ਅੰਸ਼ ਸ਼ਰਮਾ ਦਾ ਅਗਲਾ ਕਮੈਂਟ ਹੈ ਸਰ ਜੀ ਆਮ ਫਰੋਮ ਪਟਿਆਲਾ ਨੀਅਰ ਚੰਡੀਗੜ੍ਹ ਡਨ ਬੀ ਐਸੀ ਐਗਰੀਕਲਚਰ ਮੁਝੇ ਕੈਨੇਡਾ ਜਾਣਾ ਹੈ ਅੰਡਰ ਪੀ ਆਰ ਹੋਣਾ ਹੈ ਔਰ ਜੌਬ ਕਰਨੀ ਹੈ ਉਧਰ ਕਰ ਸਕਦੇ ਹੋ ਜੀ ਜਾ ਸਕਦੇ ਹੋ ਠੀਕ ਹੈ ਜੌਬ ਵੀ ਕਰ ਸਕਦੇ ਹੋ ਸੋ ਤੁਸੀਂ ਕਿਸ ਬੇਸ ਤੇ ਜਾਣਾ ਚਾਹੁੰਦੇ ਹੋ ਗੱਲ ਇੱਥੇ ਆਂਦੀ ਹੈਗੀ ਹੈ ਠੀਕ ਹੈ ਜਾਣਾ ਤਾਂ ਹਰ ਕੋਈ ਜਾਂਦਾ ਹਰੇਕ ਚੌਥਾ ਪੰਜਵਾਂ ਬੰਦਾ ਜਿਹੜਾ ਹੈਗਾ ਕੈਨੇਡਾ ਜਾਣ ਦਾ ਚਾਹਵਾਨ ਹੈ ਪਰ ਕੈਨੇਡਾ ਜਾਣ ਵਾਸਤੇ ਕੁਝ ਪ੍ਰੋਸੀਜਰ ਫਾਲੋ ਕਰਨਾ ਪੈਂਦਾ ਹੈ ਕੁਝ ਕ੍ਰਾਈਟੇਰੀਆ ਹੁੰਦਾ ਹੈ ਜੇ ਤੁਸੀਂ ਸਟੱਡੀ ਤੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਸਟੱਡੀ ਦਾ ਜਿਹੜਾ ਕ੍ਰਾਈਟੇਰੀਆ ਤੁਸੀਂ ਮਿਨੀਮਮ ਪਲੱਸ 2 ਹੋਣੇ ਚਾਹੀਦੇ ਹੋ ਤੁਹਾਡੇ ਬੈਂਡ ਆਣੇ 6 ਬੈਂਡ ਈਚ ਰਿਕੁਆਇਰਮੈਂਟ ਹੈਗੀ ਹੈ ਠੀਕ ਹੈ ਜੀ ਔਰ ਤੁਹਾਡੀ ਜਿਹੜੀ ਪਰਸੈਂਟੇਜ ਹੈ ਉਹ ਮਿਨੀਮਮ 60% ਹੋਣੀ ਚਾਹੀਦੀ ਹੈ ਐਸੀ ਤਰ੍ਹਾਂ ਹੀ ਜੇ ਤੁਸੀਂ ਵਰਕ ਪਰਮਿਟ ਤੇ ਜੌਬ ਕਰਨ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ ਤੁਹਾਡੇ ਹਾਈਲਾਈਟਸ ਦੇ ਵਿੱਚ ਘੱਟੋ ਘੱਟ ਓਵਰਲ 6 ਬੈਂਡ ਚਾਹੀਦੇ ਨੇ 3 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੁੰਦਾ ਹੈ ਜੇ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਥੋਡੀ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਹੈ ਹੁਣ ਜਾਣਾ ਤਾਂ ਹਰ ਕੋਈ ਚਾਹੁੰਦਾ ਪਰ ਥੋਡੀ ਜਿਹੜੀ ਹੈਗੀ ਹੈ ਕੁਆਲਿਫਿਕੇਸ਼ਨ ਕੀ ਹੈਗੀ ਹੈ ਥੋਡੀ ਪ੍ਰੋਫਾਈਲ ਕਿਸ ਤਰ੍ਹਾਂ ਦੀ ਹੈ ਸੋ ਇਹ ਇਸ ਟੂਰ ਤੇ ਡਿਪੈਂਡ ਕਰਦਾ ਹੈ ਦੀਪ ਕਾਲੂ ਦਾ ਅਗਲਾ ਕਮੈਂਟ ਲਿਖਦੇ ਨੇ ਸਤਿ ਸ੍ਰੀ ਅਕਾਲ ਭਾਜੀ ਮੈਂ ਪਹਿਲਾਂ ਵੀ ਕਹੂਏ ਨੇ ਤੇ ਕਮੈਂਟ ਕੀਤਾ ਸੀ 1 ਮਹੀਨਾ ਪਹਿਲਾਂ ਮੈਂ ਕਵੈਦ ਵਿੱਚ ਜੌਬ ਕਰ ਰਿਹਾ ਹਾਂ ਡਰਾਈਵਿੰਗ ਅੱਧੀ ਮੇਰੀ ਸੈਲਰੀ 30 ਪਲੱਸ ਹੈ 3 ਮੰਥ ਦੀ ਸੈਲਰੀ ਸਲਿੱਪ ਵੀ ਨੇ ਬੈਂਕ ਸਟੇਟਮੈਂਟ ਵੀ ਹੈਗੀ ਕੋਲ ਸੈਲਰੀ ਅਕਾਊਂਟ ਦੀ ਇੰਡੀਆ ਵਾਲੇ ਅਕਾਊਂਟ ਵਿੱਚ 4 ਲੱਖ ਪਲੱਸ ਫੰਡ ਨੇ ਮੈਨੂੰ ਮੇਰਾ ਕਜ਼ਨ ਬ੍ਰਦਰ ਸਪான்ਸਰ ਕਰ ਰਿਹਾ ਹੈ ਜੀ ਪੀਆਰ ਨੇ ਉੱਥੇ ਬਟ ਤੁਸੀਂ ਬੋਲਿਆ ਸੀ ਕੰਪਨੀ ਦਾ ਕੰਟਰੈਕਟ ਪੇਪਰ ਜਾਂ ਜੋਬ ਲੈਟਰ ਐਂਡ ਐਨਓਸੀ ਦੀ ਲੋੜ ਹੈ ਕਿਉਂਕਿ ਤੁਸੀਂ ਕਿਹਾ ਸੀ ਕਿ ਵੀਜ਼ਾ ਆਫੀਸਰ ਮਿਲ ਕਰਕੇ ਇਨਕੁਆਇਰੀ ਕਰ ਸਕਦਾ ਹੈ ਕੰਪਨੀ ਵਿੱਚ ਬਟ ਭਾਜੀ ਮੇਰੀ ਕੰਪਨੀ ਜੌਬ ਆਫਰ ਕੰਟਰੈਕਟ ਪੇਪਰ ਨਹੀਂ ਦੇ ਰਹੀ ਨਾ ਹੀ ਐਨਓਸੀ ਦੇ ਰਹੀ ਹੈ ਹੁਣ ਤੁਸੀਂ ਦੱਸੋ ਪਾਜੀ ਇਹਨਾਂ ਤੋਂ ਬਿਨਾ ਅਪਲਾਈ ਹੋ ਜਾਵੇਗਾ ਜ਼ਰੂਰੀ ਨਹੀਂ ਕਿ ਇਹਨਾਂ ਪੇਪਰ ਤੋਂ ਬਿਨਾ ਕੋਈ ਪ੍ਰੋਬਲਮ ਤਾਂ ਨਹੀਂ ਹੋਵੇਗੀ ਠੀਕ ਹੈ ਜੀ ਦੱਸਿਓ ਦੇਖੋ ਬ੍ਰਦਰ ਜਦੋਂ ਆਪਾਂ ਵੀਜ਼ਾ ਅਪਲਾਈ ਕਰਦੇ ਹਣਾ ਆਪਾਂ ਨੂੰ ਆਪਣਾ ਸਟਰੋਂਗ ਟਾਈਅਪ ਦਿਖਾਉਣਾ ਪੈਂਦਾ ਹੈਗਾ ਕੰਮਕਾਰ ਦਾ ਜਿਹੜਾ ਹੈਗਾ ਪ੍ਰੂਫ ਦੇਣਾ ਪੈਂਦਾ ਹੈਗਾ ਸੋ ਇਹ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਨੇ ਪਰ ਜ਼ਰੂਰੀ ਹੁੰਦੀਆਂ ਨੇ ਜੇ ਤੁਸੀਂ ਅਸੀਂ ਕਹਿ ਦਾਂਗੇ ਕਿ ਤੁਸੀਂ ਫਲਾਣੀ ਕੰਪਨੀ ਦੇ ਵਿੱਚ ਜੌਬ ਕਰਦੇ ਹੋ ਠੀਕ ਹੈ ਜੀ ਪਰ ਤੁਹਾਡਾ ਪ੍ਰੂਫ ਕਿੱਥੇ ਹੈਗਾ ਕਿ ਜੀ ਹਾਂ ਜੇ ਤੁਹਾਡੀ ਸੈਲਰੀ ਵੀ ਅਕਾਊਂਟ ਦੇ ਵਿੱਚ ਆ ਰਹੀ ਹੈ ਤਾਂ ਠੀਕ ਹੈ ਫਿਰ ਵੀ ਆਪਾਂ ਕੁਝ ਹੱਦ ਤੱਕ ਜਿਹੜਾ ਹੈਗਾ ਸਾਬਤ ਕਰ ਸਕਦੇ ਹੈਗੇ ਆ ਜੀ ਪਰ ਜੇ ਤੁਹਾਨੂੰ ਸੈਲਰੀ ਵੀ ਕੈਸ਼ ਮਿਲਦੀ ਹੋਵੇ ਠੀਕ ਹੈ ਤੁਹਾਨੂੰ ਕੰਪਨੀ ਐਨਓਸੀ ਵੀ ਨਾ ਦੇਵੇ ਤੁਹਾਨੂੰ ਕੰਟਰੈਕਟ ਲੈਟਰ ਵੀ ਨਾ ਦੇਵੇ ਫਿਰ ਐਕਸਪਲੇਨ ਕਰਨਾ ਅੰਬੈਸੀ ਕੋਲ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਜਿਹੜੀ ਅੰਬੈਸੀ ਦਾ ਪ੍ਰੋਸੀਜਰ ਹੈ ਉਹ ਡਾਕੂਮੈਂਟਰੀ ਹੁੰਦਾ ਡਾਕੂਮੈਂਟਰੀ ਜੇ ਤੁਸੀਂ ਪ੍ਰੂਫ ਕਰਦੇ ਹੋ ਕਿ ਤੁਸੀਂ ਇਹ ਕੰਮ ਕਰਦੇ ਹੋ ਤਦ ਹੀ ਜਿਹੜਾ ਹੈਗਾ ਤੁਹਾਡੀ ਫਾਈਲ ਅੱਗੇ ਤੁਰਦੀ ਹੈ ਅਦਰਵਾਈਜ਼ ਨਹੀਂ ਤੁਰਦੀ ਸੋ ਇਹ ਗੱਲਾਂ ਜ਼ਰੂਰੀ ਹੁੰਦੀਆਂ ਨੇ ਹਾਂ ਜੇ ਤੁਹਾਡੇ ਕੋਲ ਬੈਂਕ ਸਟੇਟਮੈਂਟ ਵੀ ਹੈਗੀ ਸੈਲਰੀ ਅਕਾਊਂਟ ਚ ਆਂਦੀ ਹੈ ਤਦ ਵੀ ਤੁਸੀਂ ਕਰ ਸਕਦੇ ਹੋ ਫਿਰ ਕੋਈ ਦਿੱਕਤ ਨਹੀਂ ਪਰ ਜੇ ਬੈਂਕ ਸੈਲਰੀ ਨਹੀਂ ਆ ਰਹੀ ਤੇ ਤੁਸੀਂ ਕੈਸ਼ ਲੈਣੀ ਹੋ ਫਿਰ ਦਿੱਕਤ ਹੈ ਫਿਰ ਤੁਸੀਂ ਅਪਲਾਈ ਨਹੀਂ ਕਰ ਸਕਦੇ ਗਗਨਦੀਪ ਲਿਖਦਾ ਸਰ ਮਾਈ ਬ੍ਰਦਰ ਵਾਸ ਔਨ ਵਰਕ ਪਰਮਿਟ ਇਨ ਕੈਨੇਡਾ ਐਂਡ ਨਾਓ ਆਈ ਵਾਂਟ ਅਪਲਾਈ ਫਾਰ ਟੂਰਿਸਟ ਵੀza ਆਈ ਐਮ 24 ਈਅਰ ਓਲਡ I have a private job, but my salary was not reflected in my account. My father is government servant, salary approximate sixty thousand. They support me financially. My personal account transaction also good. Four to five lakh fund in my account, four to five lakh father account. Uh, have some property paper can apply. Not at this moment, gandhi ji. Pehla ਥੋਡੀ ਜਿਹੜੀ ਏਜ ਐ 24 ایئرز ਐ ਤੁਹਾਨੂੰ ਤੁਹਾਡੇ ਫਾਦਰ سپورਟ ਨਹੀਂ ਕਰ ਸਕਦੇ ਪੇਪਰ ਤੁਹਾਡੇ ਹੀ ਚੱਲਣਗੇ ਜੇ ਫਾਦਰ سپورਟ ਕਰਨਗੇ ਤਾਂ ਉਹਦਾ ਤੁਹਾਨੂੰ ਕੋਈ ਬੈਨੀਫਿਟ ਨਹੀਂ ਹੋਣ ਵਾਲਾ ਬੈਨੀਫਿਟ ਜੋ ਤੁਹਾਡੇ ਪੇਪਰ ਨੇ ਜੋ ਤੁਸੀਂ ਕੰਮ ਕਰਦੇ ਹੋ ਉਹੀ ਤੁਹਾਨੂੰ ਬੈਨੀਫਿਟ ਦੇਣਗੇ ਨੰਬਰ ਦੋ ਗੱਲ ਹੈ ਕਿ ਤੁਹਾਡਾ ਜਿਹੜਾ ਬ੍ਰਦਰ ਹਲੇ ਵਰਕ ਪਰਮਿਟ ਤੇ ਹਲੇ ਵੀਜ਼ਾ ਅਪਲਾਈ ਤੁਸੀਂ ਨਾ ਕਰੋ ਥੋੜੀ ਵੇਟ ਕਰ ਲਓ ਜਦੋਂ ਤੁਹਾਡਾ ਬ੍ਰਦਰ ਪੀਆਰ ਤੇ ਹੋ ਜਾਏਗਾ ਫਿਰ ਅਪਲਾਈ ਕਰੋ ਫਿਰ ਵੀਜ਼ਾ ਆ ਦੇਗਾ ਵਰਕ ਪਰਮਿਟ ਤੇ ਵੀਜ਼ਾ ਬ੍ਰਦਰ ਦੀ ਸਪான்ਸਰ ਤੇ ਵਰਕ ਪਰਮਿਟ ਤੇ ਜਿਹੜਾ ਬ੍ਰਦਰ ਹੋਵੇ ਤਾਂ ਵੀਜ਼ਾ ਲੱਗਣ ਦੇ ਚਾਂਸਸ ਘਟ ਆਉਂਦੇ ਨੇ ਸੋ ਜਿੰਨਾ ਕ ਟਾਈਮ ਤੁਹਾਡੇ ਬਰਦਰ ਦਾ ਰਹਿੰਦਾ ਪੀਆਰ ਨੂੰ ਉਹਨੇ ਟਾਈਮ ਤੁਸੀਂ ਆਪਦੀ ਪ੍ਰੋਫਾਈਲ ਵਧੀਆ ਕਰ ਲਓ ਆਪਦੀ ਸੈਲਰੀ ਵਧੀਆ ਦਿਖਾ ਲਓ ਜਾਂ ਆਪਦਾ ਆਈਟੀਆਰ ਵਧੀਆ ਭਰ ਲਓ ਕੋਈ ਬਿਜ਼ਨਸ ਦਿਖਾ ਲਓ ਬੈਂਕ ਸਟੇਟਮੈਂਟ ਬੈਂਕ ਬੈਲੈਂਸ ਬਣਾ ਲਓ ਉਦੋਂ ਤੱਕ ਵੇਟ ਕਰ ਲਓ ਹਲੇ ਨਾ ਕਰਿਓ ਜੇ ਹਲੇ ਕਰੋਗੇ ਤਾਂ ਰਿਜੈਕਟ ਹੋ ਸਕਦਾ ਵੀਜ਼ਾ ਗੀਤ ਸੰਧਰਵਾਲ ਦਾ ਅਗਲਾ ਕਮੈਂਟ ਹੈ ਸਰ ਮੇਰੀ ਏਜ 25 ਸਾਲ ਹੈ ਕੈਨ ਆ ਗਰੋ ਕੈਨੇਡਾ ਵਿਦਆਊਟ ਆਈਲਟਸ ਸਰ ਐਜ਼ ਅ ਵਿਜ਼ਟਰ ਅਗਰ ਕੋਈ ਸਪான்ਸਰ ਕਰਤਾ ਹੈ ਰਿਪਲਾਈ ਜ਼ਰੂਰ ਦੱਸਿਓ ਆ ਦੇਖੋ ਬ੍ਰਦਰ ਜੇ ਤੁਸੀਂ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਫਿਰ ਤੁਹਾਨੂੰ ਆਈਲੈਟਸ ਦੀ ਜ਼ਰੂਰ ਪਈ ਟੂਰਿਸਟ ਵੀਜ਼ਾ ਵਾਸਤੇ ਤੁਹਾਡੀ ਪ੍ਰੋਫਾਈਲ ਸਟਰੋਂਗ ਹੋਣੀ ਚਾਹੀਦੀ ਹੈ ਪ੍ਰੋਫਾਈਲ ਮੀਨਸ ਤੁਹਾਡੀ ਜਿਹੜੀ ਇਨਕਮ ਦਾ ਸਾਧਨ ਤੁਹਾਡੇ ਕੋਲ ਕੰਮਕਾਰ ਹੋਵੇ ਬਿਜ਼ਨਸ ਹੋਵੇ ਤੁਹਾਡੀ ਸੈਲਰੀ ਹੋਵੇ ਜੌਬ ਹੋਵੇ ਸੋ ਇਹ ਚੀਜ਼ਾਂ ਜ਼ਰੂਰੀ ਨੇ ਇਹਨਾਂ ਚੀਜ਼ਾਂ ਨਾਲ ਤੁਸੀਂ ਆਪ ਦਾ ਜਿਹੜਾ ਹੈਗਾ ਵੀਜ਼ਾ ਵਿਜ਼ਟਰ ਵੀਜ਼ਾ ਹੀ ਰਹੇਗਾ ਉਹ ਲੈ ਸਕਦੇ ਹੋ ਅਗਲਾ ਕਮੈਂਟ ਹੈ ਜੀ ਇੰਦਰਪ੍ਰੀਤ ਸਿੰਘ ਦਾ ਲਿਖਦਨੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਮੈਂ ਮੈਰਿਡ ਪਰਸਨਲਾਈਜ਼ਡ ਇੰਸ਼ੋਰੈਂਸ ਕੰਪਨੀ ਚ ਕੰਮ ਕਰ ਰਿਹਾ ਹਾਂ ਜੀ ਮੇਰੀ ਸੈਲਰੀ 18000 ਹੈ ਐਕਸਟਰਾ ਇਨਸੈਂਟਿਵ ਵੀ ਮਿਲ ਜਾਂਦੀ ਹੈ ਕੁਝ ਮਹੀਨੇ ਬਾਅਦ ਮੇਰਾ ਖਾਸ ਦੋਸਤ ਜੋ ਕੈਨੇਡਾ ਚ ਸਟੇਜਨ ਹੈ ਉਹਨਾਂ ਦੇ ਬਿਆਲ ਨੂੰ ਸਪான்ਸਰ ਕਰ ਰਹੇ ਨੇ ਮੇਰੇ ਨਾਲ ਕੋਈ ਫੋਟੋ ਤੇ ਇੰਪੋਰਟੈਂਟ ਮੂਵਮੈਂਟ ਹੈਗੇ ਨੇ ਸਾਡੇ ਰਿਲੇਸ਼ਨ ਨੂੰ ਪ੍ਰੈਜ਼ੈਂਟ ਕਰ ਦੇਣੇ ਮੈਂ ਅਕੱਲੇ ਹੀ ਅਪਲਾਈ ਕਰਨਾ ਚਾਹੁੰਦਾ ਮੇਰੇ ਅਕਾਊਂਟ ਤੇ 3 ਤੋਂ 4 ਲੱਖ ਮੇਨਟੇਨ ਹੈ ਮੇਰਾ ਵੀਜ਼ਾ ਲੱਗਣ ਦੇ ਚਾਂਸਸ ਕਿੰਨੇ ਨੇ ਹੋ ਸਕਦਾ 1 ਸਾਲ ਤੱਕ ਵਿਆਹ ਹੋਵੇ ਤੇ ਮੈਨੂੰ ਕੀ ਤਿਆਰੀ ਕਰਨੀ ਚਾਹੀਦੀ ਹੈ ਅਿੰਦਰਪ੍ਰੀਤ ਜੀ ਜੇ ਤੁਹਾਡੇ ਸੈਲਰੀ 18000 ਰ ਹੈ ਤਾਂ ਬਹੁਤ ਘੱਟ ਜਿਹੜੀ ਤੁਹਾਡੀ ਇਨਕਮ ਹੈਗੀ ਹੈ ਇਸ ਇਨਕਮ ਤੇ ਥੋੜਾ ਵੀ ਜ਼ਾਨ ਨਹੀਂ ਲੱਗਣਾ ਪਰ ਇੱਕ ਇਹਦੇ ਚੰਗੀ ਗੱਲ ਇਹ ਹੈ ਕਿ ਤੁਹਾਡਾ ਹਲੇ 1 ਸਾਲ ਤੁਹਾਡੇ ਕੋਲ ਹੈ ਸੋ 1 ਸਾਲ ਦੇ ਵਿੱਚ ਤੁਸੀਂ ਹੋਰ ਬੜਾ ਕੁਝ ਮੇਨਟੇਨ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪ ਦਾ ਜਿਹੜਾ ਇਨਕਮ ਹੈ ਉਹਨੂੰ ਸਟਰੋਂਗ ਕਰੋ ਜੇ ਤੁਹਾਨੂੰ ਆਈਸੀਆਈ ਤੋਂ 18000 ਸੈਲਰੀ ਮਿਲਦੀ ਹੈ ਨਾਲੇ ਕਿਸੇ ਹੋਰ ਕੰਪਨੀ ਤੋਂ ਜੋ ਤੁਹਾਨੂੰ ਕੋਈ ਜਾਣਦਾ ਹੋਵੇ ਉਥੋਂ ਸੈਲਰੀ ਪਾਣੀ ਸ਼ੁਰੂ ਕਰ ਲਓ ਇਆ ਕੋਈ ਹੋਊ ਆਪਦਾ ਕੋਈ ਬਿਜ਼ਨਸ ਕੋਈ ਪਾਰਟ ਟਾਈਮ ਦਿਖਾ ਲਓ ਤਾਂ ਕਿ ਤੁਹਾਡੀ ਜਿਹੜੀ ਇਨਕਮ ਹੈ ਘੱਟੋ ਘੱਟ 40000 ਰੁਪਿਆ ਹੋ ਜੇ 35-40000 ਹੋ ਜੇ ਨਾਲ ਆਪਦੀ ਜਿਹੜੀ ਆਈਟੀਆਰ ਹੈਗੀ ਹੈ ਉਹ ਤੁਸੀਂ ਵਧੀਆ ਕਰ ਲਓ ਫੇਰੇ ਤੁਹਾਡਾ ਵੀਜ਼ਾ ਲੱਗ ਸਕਦਾ ਹੈ 18000 ਸੈਲਰੀ ਤੇ ਵੀ ਇਹਦਾ ਵੀਜ਼ਾ ਉਹ ਨਹੀਂ ਲੱਗ ਸਕਦਾ ਬਾਈ ਜੱਸਰ ਲਿਖਦੇ ਨੇ ਹੈਲੋ ਸਰ ਮੈਂ ਪਹਿਲਾਂ ਵੀ ਤੁਹਾਨੂੰ ਕੁਐਸਚਨ ਕੀਤਾ ਸੀ ਕੈਨੇਡਾ 10 ਇਅਰ ਮਲਟੀਪਲ ਵੀਜ਼ਾ ਬਾਰੇ ਮੈਂ ਪਾਸਪੋਰਟ ਚੇਂਜ ਕਰ ਲਿਆ ਹੈ ਸਰ ਪਹਿਲਾਂ ਵਾਲੇ ਪਾਸਪੋਰਟ ਉੱਪਰ ਮੇਰਾ ਵੀਜ਼ਾ ਲੱਗਿਆ ਹੋਇਆ ਸੀ ਬਟ ਮੈਂ 3 ਮੰਥ ਵੀਜ਼ਾ ਡੇਟ ਤੋਂ ਉੱਪਰ ਲੰਘ ਕੇ ਆਇਆ ਸੀ ਮੈਨੂੰ ਹੁਣ 4 ਇਅਰ ਹੋ ਗਏ ਨੇ ਇੰਡੀਆ ਆ ਜਾਣ ਨੂੰ ਨਿਊ ਪਾਸਪੋਰਟ ਉੱਪਰ ਵੀਜ਼ਾ ਲੱਗ ਸਕਦਾ ਹੈ ਕੈਨੇਡਾ ਦਾ ਟੈਨਰ ਲੱਗ ਸਕਦਾ ਜੀ ਜਿਹੜਾ ਵੀਜ਼ਾ ਹੈਗਾ ਬ੍ਰਦਰ ਉਹ ਤੁਹਾਡਾ ਅ ਪ੍ਰੋਫਾਈਲ ਤੇ ਡਿਪੈਂਡ ਕਰਦਾ ਜੀ ਤੁਹਾਡੀ ਪ੍ਰੋਫਾਈਲ ਵਧੀਆ ਤਾਂ ਵੀਜ਼ਾ ਲੱਗ ਸਕਦਾ ਹੈਗਾ ਹੁਣ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੱਥੋਂ ਆਏ ਸੀ ਜੇ ਤਾਂ ਕੈਨੇਡਾ ਤੋਂ ਤੁਸੀਂ ਓਵਰਸਟੇ ਹੋ ਕੇ ਆਏ ਸੀ ਫਿਰ ਨਹੀਂ ਵੀਜ਼ਾ ਲੱਗਣਾ ਜੇ ਕਿਸੇ ਹੋਰ ਕੰਟਰੀ ਤੋਂ ਆਏ ਹੈ ਫਿਰ ਦੇਖਿਆ ਜਾ ਸਕਦਾ ਹੈਗਾ ਅਗਲਾ ਕਮੈਂਟ ਹੈਗਾ ਜਗਿੰਦਰ ਸਿੰਘ ਦਾ ਲਿਖਦੇ ਨੇ ਵਾਹਿਗੁਰੂ ਜੀ ਬਿਨਾ ਵੈਕਸੀਨੇਸ਼ਨ ਤੇ ਕੈਨੇਡਾ ਟਰੈਵਲ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਹਾਂ ਜੀ ਕੋਈ ਦਿੱਕਤ ਨਹੀਂ ਦੇਖੋ ਕੈਨੇਡਾ ਨੂੰ ਕੋਈ ਦਿੱਕਤ ਨਹੀਂ ਹੈਗੀ ਇੰਡੀਆ ਜੇ ਤੁਸੀਂ ਇੱਥੋਂ ਟਰੈਵਲ ਕਰਦੇ ਹੋ ਉਦੋਂ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ ਪਰ ਵੈਕਸੀਨੇਸ਼ਨ ਘਟੂ ਘੜੀ ਇੱਕ ਤਾਂ ਲਵਾ ਲਓ ਨਾ ਇੱਕ ਲਵਾ ਕੇ ਤੁਸੀਂ ਟਰੈਵਲ ਕਰ ਸਕਦੇ ਹੋ ਜੀ ਅਗਲਾ ਕਮੈਂਟ ਹੈ ਜੀ ਕੁਲਦੀਪ ਸਿੰਘ ਦਾ ਲਿਖਦੇ ਨੇ ਸਰਿੰਦਰਜੀਤ ਵੀਰ ਜੀ ਆਈ ਐਮ ਕੇਸ ਨਰੰਗਜੀ ਤੁਹਾਡਾ ਵੀ ਅ ਦੋ ਬਹੁਤ ਬੇਸ اچھا ਤੁਹਾਡੇ ਪ੍ਰੋਗਰਾਮ ਦਾ ਬਹੁਤ ਬੇਸabri ਨਾਲ ਦੇਖਦਾ ਹਾਂ ਜੀ ਡਿਟੇਲ ਨਾਲ ਸਮਝਾਉਂਦੇ ਹਾਂ ਸਰ ਮੈਂ ਮਲੇਸ਼ੀਆ 10 ਇਅਰ ਟੂਰਿਸਟ ਵੀਜ਼ਾ ਸਿੰਗਾਪੁਰ ਦੁਬਈ ਵੀਜ਼ਾ ਕੈਨੇਡਾ 6 ਵਾਰ ਜਾ ਚੁੱਕਿਆ ਹਾਂ ਜੀ ਮੈਂ ਗੁਰਦੁਆਰਾ ਵਿੱਚ ਹਾਂ ਜੀ ਅ ਮੇਰੇ ਸਿਰ ਪਾਸਪੋਰਟ ਤੇ ਅਪਲਾਈ ਕੀਤਾ ਹੈ ਬਟ ਰਿਫਿਊਜ਼ ਹੋ ਗਿਆ ਹੈ ਜੀ ਠੀਕ ਹੈ ਜੀ 17 19 20 ਤੱਕ ਤੇ ਵੀਜ਼ਾ ਮਿਲਿਆ ਸੀ ਹੁਣ ਮੈਂ 6 ਜਨਵਰੀ ਨੂੰ ਵਿਦ ਹਾਊਸ ਵੈਲਿਊਏਸ਼ਨ ਐਂਡ ਫੰਡ ਨਾਲ ਕੀਤਾ ਜੀ ਦੋ ਫਰੈਂਡ ਐਡਰੈਸ ਲਗਾਏ ਨੇ ਠੀਕ ਹੈ ਜੀ ਕੋਈ ਕਾਉਂਸਲ ਕੰਸਲਟੈਂਟ ਦਿੰਦਾ ਹੈ ਜੀ ਵੀਰ ਜੀ ਦੱਸ ਦਿਨਾ ਜੀ ਅੱਗੇ ਕੀ ਪ੍ਰੋਸੈਸ ਹੈ ਜੀ ਕਿੰਨੇ ਚਾਂਸਸ ਨੇ ਬਾਇਓਮੈਟ੍ਰਿਕ ਪਿਛਲੀ ਵਾਰ ਦੇ ਕੁਝ ਤੁਸੀਂ ਜੇ ਪਹਿਲਾਂ ਅਪਲਾਈ ਕੀਤਾ ਹੋਇਆ ਕੁਲਦੀਪ ਜੀ ਫਿਰ ਵੀਜ਼ਾ ਤੁਹਾਡੇ ਆਉਣ ਦੇ ਚਾਂਸਸ ਹੈਗੇ ਨੇ ਜੇ ਤੁਸੀਂ ਟਾਈਮ ਨਾਲ ਮੁੜ ਕੇ ਆਏ ਹੋ ਪਹਿਲਾਂ ਤੁਹਾਡੀ ਸੂਦਾ ਵੀਜ਼ਾ ਸੀਗਾ ਫਿਰ ਕੋਈ ਦਿੱਕਤ ਨਹੀਂ ਫਿਰ ਫਿਰ ਭਾਵੇਂ ਫੰਡ ਘੱਟ ਵੀ ਲੱਗੇ ਹੋਣ ਫਿਰ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਆ ਤੁਸੀਂ ਪਹਿਲਾਂ ਘੁੰਮਿਓ ਟਰੈਵਲ ਸੀ ਤੁਹਾਡੀ ਵਧੀਆ ਵੀਜ਼ਾ ਨਿਕਲ ਜਾਏਗਾ ਤੁਹਾਡਾ ਕੋਈ ਦਿੱਕਤ ਨਹੀਂ ਹੈਗੀ ਅਗਲਾ ਕਮੈਂਟ ਹੈ ਜੀ ਕੁਲਵਿੰਦਰ ਕੌਰ ਦਾ ਲਿਖਦੇ ਨੇ ਸਰ ਮੇਰੇ ਕੋਲ ਕੈਨੇਡਾ ਵੀਜ਼ਰ ਵੀਜ਼ਾ ਸੀ ਉਹ ਐਕਸਪਾਇਰ ਹੋ ਗਿਆ ਲਾਕਡਾਊਨ ਚ 4 ਸਾਲ ਦਾ ਲੱਗਾ ਸੀ ਮਮ ਡੈਡ ਨਾਲ ਆ ਜਿਹਨਾਂ ਪਾਸਪੋਰਟ ਸੀ ਉਹਨਾਂ ਈ ਵੀਜ਼ਾ ਲਗਾਇਆ ਸੀ ਉਦੋਂ ਮੇਰੀ ਏਜ 18 ਸਾਲ ਤੇ 4 ਕੁ ਸਾਲ ਬਾਅਦ ਵੀਜ਼ਾ ਲੱਗਾ ਸੀ ਇੱਕ ਵਾਰ ਟ੍ਰੈਵਲ ਵੀ ਕੀਤਾ 2 ਮੰਥ ਰਹਿ ਗਏ ਨੇ ਵਾਪਿਸ ਆ ਗਏ ਸੀ ਫਿਰ ਵਾਪਿਸ ਜਾਣਾ ਸੀ ਕੈਨੇਡਾ ਲਾਕਡਾਊਨ ਲੱਗ ਗਿਆ ਜੀ ਹੁਣ ਮੇਰੀ ਏਜ 18 ਐ 2003 ਬੌਰਣਾ ਜੀ ਮੈਂ ਪਲੱਸ 2 ਕੀਤੀ ਐ ਤੇ ਵੇਟ ਤੁਹਾਡੀ ਰਿਪਲਾਈ ਦਾ ਦੇਖੋ ਜੇ ਤੁਹਾਡਾ ਵੀਜ਼ਾ ਐਕਸਪਾਇਰ ਹੋ ਗਿਆ ਦੁਬਾਰੇ ਅਪਲਾਈ ਕਰ ਲਓ ਕੋਈ ਪ੍ਰੋਬਲਮ ਨਹੀਂ ਆਏਗੀ ਜੇ ਇੱਕ ਵਾਰ ਤੁਸੀਂ ਕੈਨੇਡਾ ਘੁੰਮ ਕੇ ਆਏ ਹੋ ਫਿਰ ਤਾਂ ਤੁਹਾਡੇ ਵੀਜ਼ਾ ਮਿਲਣ ਦੇ ਚਾਂਸਸ ਕਿਤੇ ਜ਼ਿਆਦਾ ਨੇ ਜੀ ਕੋਈ ਵੀ ਬੰਦਾ ਜਿਹੜਾ ਇੱਕ ਵਾਰੀ ਕੈਨੇਡਾ ਜਾ ਕੇ ਆ ਜਾਂਦਾ ਹੈ ਟਾਈਮ ਨਾਲ ਵਾਪਸ ਮੁੜ ਕੇ ਆ ਜਾਂਦਾ ਹੈ ਕੋਈ ਦਿੱਕਤ ਕੋਈ ਵਾਇਲੈਂਸ ਉੱਥੇ ਨਹੀਂ ਕਰਦਾ ਵਾਇਲੇਸ਼ਨ ਤਾਂ ਉਹ ਦੁਬਾਰੇ ਵੀਜ਼ਾ ਲੈ ਸਕਦਾ ਕੋਈ ਵੱਡੀ ਗੱਲ ਨਹੀਂ ਠੀਕ ਹੈ ਜੀ ਜਿਵੇਂ ਪਹਿਲਾਂ ਤੁਹਾਡਾ ਜਿਹੜਾ ਵੀਜ਼ਾ ਤੁਹਾਡੀ ਮਦਰ ਫਾਦਰ ਦੀ ਪ੍ਰੋਫਾਈਲ ਤੇ ਆ ਗਿਆ ਹੋਊਗਾ ਹੁਣ ਤੁਹਾਨੂੰ ਆਪਣੀ ਪ੍ਰੋਫਾਈਲ ਤੇ ਖਾਣੀ ਪੈਣੀ ਹੈ ਸੋ ਕੋਈ ਪ੍ਰੋਬਲਮ ਨਹੀਂ ਵੀਜ਼ਾ ਨਿਕਲ ਜੇਗਾ ਤੁਹਾਡਾ ਕੁਲਵਿੰਦਰ ਸਰ ਜੀ ਕੱਲ ਸ਼ਾਰਟ ਟੈਂਪਰ ਵੀਜ਼ਾ ਆਲਸੋ ਦੱਸਿਓ ਜੀ ਬ੍ਰਦਰ ਸ਼ਾਰਟ ਟੈਂਪਰ ਵੀਜ਼ਾ ਕਈ ਤਰ੍ਹਾਂ ਦੇ ਹੁੰਦੇ ਨੇ ਤੁਸੀਂ ਕਿਹੜੇ ਵੀਜ਼ੇ ਬਾਰੇ ਪੁੱਛਣਾ ਚਾਹੁੰਦੇ ਹੋ ਫੂ ਡਿਟੇਲ ਦੇ ਵਿੱਚ ਮੈਨੂੰ ਕਮੈਂਟ ਕਰਿਓ ਮੈਂ ਜ਼ਰੂਰ ਅਨਸਰ ਕਰਾਂ ਤੁਹਾਨੂੰ ਮਨਿੰਦਰ ਕੌਰ ਲਵਾਨਾ ਲਿਖਦੇ ਨੇ ਥਿਸ ਇਜ਼ ਮਾਈ ਯੂਟਿਊਬਲ ਓਕੇ ਇਹ ਮਨਿੰਦਰ ਕੌਰ ਨੇ ਜੀ ਇਹ ਜਰਮਨ ਰਹਿੰਦੇ ਨੇ ਇਹਨਾਂ ਦਾ ਮੈਂ ਇੱਕ ਦਿਨ ਪਹਿਲਾਂ ਵੀਡੀਓ ਬਣਾਈ ਸੀਗੀ ਇਹਨਾਂ ਦੇ ਪਾਸਪੋਰਟ ਤੇ ਇਹਨਾਂ ਦਾ ਪਹਿਲਾਂ ਵੀਜ਼ਾ ਰਿਫਿਊਜ਼ ਹੋ ਗਿਆ ਸੀਗਾ ਤੇ ਇਹਨਾਂ ਨੇ ਸਾਨੂੰ ਕੰਟੈਕਟ ਕੀਤਾ ਇਹ ਜਰਮਨ ਰਹਿੰਦੇ ਨੇ ਇੰਡੀਆ ਤੋਂ ਬਿਲੋਂਗ ਕਰਦੇ ਨੇ ਸੋ ਇਹਨਾਂ ਦਾ ਵੀਜ਼ਾ ਰਿਫਿਊਜ਼ ਹੋ ਗਿਆ ਸੀਗਾ ਤੇ ਇਹਨਾਂ ਨੇ ਸਾਨੂੰ ਕੰਟੈਕਟ ਕੀਤਾ ਅਸੀਂ ਇਹਨਾਂ ਦਾ ਵੀਜ਼ਾ ਕਰਾ ਕੇ ਦਿੱਤਾ ਸੀ ਇਹ ਕਮੈਂਟ ਕਰਦੇ ਨੇ ਮੈਂ ਪੜਦਾ ਕੀ ਲਿਖਦਾ ਇਹ ਆਪਣੀ ਵੀਡੀਓ ਤੇ ਕਰਦੇ ਨੇ ਥਿਸ ਇਜ਼ ਮਾਈ ਪ੍ਰੂਫ ਲਾਈ ਮਨਿੰਦਰ ਕੌਰ ਆਈ ਹੈਵ ਇਨ ਜਰਮਨ ਆਈ ਅਪਲਾਈ ਫਾਰ ਮਾਈ ਵੀਜ਼ਾ ਫਰਮ ਜਰਮਨ ਵਿਦ ਦਾ ਹੈਲਪ ਆਫ ਟੂਰਿਸਟ ਇੰਡੀਆ ਆਫਟਰ 1 ਰੁਪੀਸ ਲਾਈ ਗਾਟ ਵੀਜ਼ਾ ਵਿਦ 6 ਡੇਸ ਥੈਂਕ ਯੂ ਟੂਰਿਸਟ ਇੰਡੀਆ ਅ ਐਂਡ ਆਫਕੋਰਸ ਆਈ ਵਿਲ ਸ਼ੇਅਰ ਮਾਈ ਵੀਡੀਓ ਆਫਟਰ ਦਾ ਸਟੈਂਪ ਥੈਂਕ ਯੂ ਬਨਿੰਦਰ ਇਹ ਕਹਿੰਦੇ ਨੇ ਕਿ ਜਦੋਂ ਅ ਮੇਰਾ ਵੀਜ਼ਾ ਸਟੈਂਪ ਹੋਏਗਾ ਮੈਂ ਵੀਡੀਓ ਬਣਾ ਕੇ ਪਾਉਂਗੀ ਸੋ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੰਨੂ ਜੋਸ਼ੀ ਲਿਖਦੇ ਨੇ ਹੈਲੋ ਸਰ ਮੇਰੀ ਬੇਟੀ 2018 ਵਿੱਚ ਕੈਨੇਡਾ 2 ਸਾਲ ਵਾਸਤੇ ਸਟੱਡੀ ਕਰਨ ਗਈ ਸੀ ਹੁਣ ਬੇਟੀ 3 ਸਾਲ ਦੇ ਵਰਕ ਪਰਮਿਟ ਤੇ ਹੈ 2020 ਜਨਵਰੀ ਵਿੱਚ ਬੇਟੀ ਨੇ ਇੰਡੀਆ ਰੀਟਰਨ ਕੀਤਾ ਸੀ ਹੁਣ ਉਹ ਜੌਬ ਕਰਕੇ ਨਹੀਂ ਆ ਰਹੀ ਐਂਡ ਪੈਰੈਂਟਸ ਕਿਸ ਤਰ੍ਹਾਂ ਜਾ ਸਕਦੇ ਆ ਜੀ ਵਿਜ਼ਿਟਰ ਵੀਜ਼ਾ ਤੇ ਪਹਿਲਾ ਤੋਂ ਡੇਟ ਕਹਿੰਦੇ ਨੇ ਦੱਸਿਓ ਫਿਰ ਜੇ ਅਸੀਂ ਬੇਟੀ ਕੋਲ 2 ਮੰਥ ਰੁੱਕੇ ਹੋਈਏ ਤੋਂ ਅਸੀਂ ਰੀਜ਼ਨ ਕੀ ਦਸੀਏ ਬੇਟੀ ਕੋਲ ਜਾਣ ਦਾ ਦੇਖੋ ਜੀ ਜਿਨ੍ਹਾਂ ਦੇ ਬੱਚੇ ਪੜਨ ਵਾਸਤੇ ਕੈਨੇਡਾ ਗਏ ਹੋਏ ਨੇ ਉਹਨਾਂ ਨੂੰ ਜਾਣ ਵਾਸਤੇ ਕੋਈ ਰੀਜ਼ਨ ਨਹੀਂ ਚਾਹੀਦਾ ਹੁੰਦਾ ਤੁਹਾਡੇ ਬੱਚੇ ਕੈਨੇਡਾ ਚ ਨਹੀਂ ਤੁਹਾਨੂੰ ਕੋਈ ਰੀਜ਼ਨ ਬਣਾਉਣ ਦੀ ਜ਼ਰੂਰਤ ਨਹੀਂ ਹੈਗੀ ਕੋਈ ਕਾਰਨ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ ਕਿ ਕਿਉਂ ਜਾ ਰਹੇ ਆਂ ਇਹ ਜ਼ਰੂਰੀ ਨਹੀਂ ਕਿ ਉੱਥੇ ਕੋਈ ਰੀਜ਼ਨ ਹੋਵੇ ਕੋਈ ਬਰਥਡੇ ਹੋਵੇ ਕੋਈ ਮੈਰਜ ਹੋਵੇ ਤਾਂ ਹੀ ਜਾ ਸਕਦੇ ਆਂ ਮਾਂ ਪਿਓ ਭਾਈ ਭੈਣ ਵਿਦਆਊਟ ਕਿਸੇ ਰਿਸ਼ਤੇਦਾਰ ਵੀ ਆਪਣੇ ਬੱਚਿਆਂ ਨੂੰ ਮਿਲਣ ਜਾਂ ਭੈਣ ਭਾਈਆਂ ਮਿਲਣ ਜਾ ਸਕਦੇ ਆਂ ਜੀ ਸੋ ਕੋਈ ਤੁਹਾਨੂੰ ਕੁਝ ਦੱਸਣ ਦੀ ਲੋੜ ਨਹੀਂ ਤੁਸੀਂ ਬੇਟੀ ਤੋਂ ਸਪੌਂਸਰ ਮਂਗਾਓ ਪੇਪਰ ਮਂਗਾ ਲਓ ਸਾਨੂੰ ਮਿਲ ਲਓ ਇਧਰੋਂ ਅਸੀਂ ਤੁਹਾਡਾ ਵੀਜ਼ਾ ਕਰਾ ਕੇ ਦਵਾਂਗੇ ਕੋਈ ਦਿੱਕਤ ਨਹੀਂ ਹੋਰ ਸੀ ਸ਼ਾਬ ਤੁਸੀਂ ਆਪਦਾ ਮਂਗਾਓ ਸਪੌਂਸਰ ਮਂਗਾਓ ਅਸੀਂ ਕਰਾ ਕੇ ਦਵਾਂਗੇ ਤੇ ਹੋਰ ਵੀ ਜਿਨ੍ਹਾਂ ਦੇ ਬੱਚੇ ਕੈਨੇਡਾ 'ਚ ਹੈਗੇ ਨੇ ਚਾਹੇ ਉਹ ਵਰਕ ਪਰਮਿਟ ਤੇ ਨੇ ਚਾਹੇ ਸਟੱਡੀ ਵੀਜ਼ਾ ਤੇ ਨੇ ਚਾਹੇ ਉਹ ਪੀਆਰ ਨੇ ਤਾਂ ਕੋਈ ਵੀ ਪੇਰੈਂਟਸ ਆਪਣੇ ਬੱਚੇ ਨੂੰ ਮਿਲਣ ਜਾ ਸਕਦਾ ਵਿਦਆਊਟ ਕਿਸੇ ਰੀਜ਼ਨ ਤੋਂ ਜਾ ਸਕਦਾ ਹੈਗਾ ਹੋਰ ਵਿਦਿਰੇ ਜਾਣਕਾਰੀ ਲਈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਪਵਨ ਕੁਮਾਰ ਲਿਖਦੇ ਨੇ ਸਰ ਪਲੀਜ਼ ਗਾਈਡ ਅਬਾਊਟ ਦਿਸ ਆਈ ਹੈਵ ਅਪਲਾਈਡ ਕੈਨੇਡਾ ਟੂਰਿਸਟ ਵੀਜ਼ਾ ਟੂਡੇ ਐਗੋ ਆਈ ਹੈਡ ਸਪੌਂਸਰ ਲੈਟਰ ਬਟ ਆਈ ਡਿਡ ਸ਼ੋ ਐਜ਼ ਅ ਸਿੰਗਲ ਰਿਟਰਨ 4.5 ਲੱਖ ਐਂਡ ਅਨਦਰ ਇਨਕਮ ਆਈ ਡਿਡ ਸ਼ੋ ਫਰਮ ਐਗਰੀਕਲਚਰ ਐਂਡ ਰਿਟੇਲ ਸ਼ਾਪ ਐਂਡ ਆਈ ਡਿਡ ਸ਼ੋ 4 ਲੱਖ ਫੰਡ ਇਜ਼ देयर हैव ਐਨੀ ਵੀਜ਼ਾ ਚਾਂਸਸ অর ਨਾਟ and another thing that in sponsor letter was mention 6 to 8 week i will go there i mention 3 week is yes, correct or not i did mention according to fund or it was correct or not dekho brother es tarah hai ga ji tusi apply karta vadiya gall hai gi par jivein tusi keh rahe ho 1.5 to 4 lakh di thodi return hai gi ta return thodi koi bahut hi vadiya nahi hai gi par tode kol sponsor hai visa nikal vi sakda hai jadon ik wari apply visa ho janda phir o upar wale te chhad deida hunda parmatma te ਥੋੜੀ ਕਿਸਮਤ ਤੇ ਵਿਜੇ ਹੋਇਆ ਕੈਨੇਡਾ ਲਿਖਿਆ ਹੋਇਆ ਉੱਥੇ ਦਾ ਦਾਣਾ ਬਾਣੀ ਤੁਹਾਡੀ ਕਿਸਮਤ ਚ ਹੋਇਆ ਤੁਹਾਡਾ ਵੀਜ਼ਾ ਕੋਈ ਰੋਕ ਨਹੀਂ ਸਕਦਾ ਸੋ ਹੋਪ ਫॉर द ਬੈਸਟ ਪੀਵੀ 30 ਲਿਖਦੇ ਨੇ ਸਰ ਅਮਰੀਕਾ ਚ ਪੀਆਰ ਮਿਲ ਸਕਦੀ ਹੈ ਅਮਰੀਕਾ ਵਾਸਤੇ ਬ੍ਰਦਰ ਤੁਹਾਨੂੰ ਪਹਿਲਾਂ ਉੱਥੇ ਇਥੋਂ ਡਾਇਰੈਕਟ ਜਿਹੜੀ ਪੀਆਰ ਉਸ ਦਾ ਅਲੱਗ ਕ੍ਰਾਈਟੇਰੀਆ ਹੁੰਦਾ ਹੈਗਾ ਹਨ ਜੇ ਤੁਹਾਡਾ ਕੋਈ ਉੱਥੇ ਬਲੱਡ ਰਿਲੇਸ਼ਨ ਹੈ ਤਾਂ ਉਹ ਤੁਹਾਨੂੰ ਬੁਲਾ ਸਕਦਾ ਹੈਗਾ ਪੱਕੇ ਤੌਰ ਤੇ ਬੁਲਾ ਸਕਦਾ ਹੈਗਾ ਪੀਆਰ ਦਾ ਸਿਸਟਮ ਉੱਥੋਂ ਗ੍ਰੀਨ ਕਾਰਡ ਉੱਥੇ ਮਿਲਦਾ ਹੁੰਦਾ ਹੈਗਾ ਤੇ ਜਾਂ ਤੁਸੀਂ ਇੱਥੋਂ ਜਾਣੇ ਹੋ ਤੁਸੀਂ ਪੋਲੀਟੀਕਲ ਸੈਲਮ ਪਾ ਦਿੰਨੇ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਹੈਗਾ ਉਹ ਮਿਲ ਸਕਦਾ ਹੈ ਆਦਰਵਾਇਜ਼ ਜਾਂ ਤੁਸੀਂ ਵਰਕ ਪਰਮਿਟ ਜਾਣੇ ਹੋ ਫਿਰ ਤੁਹਾਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਤਦ ਜਾ ਕੇ ਮਿਲਦੀ ਹੈ ਤੁਹਾਨੂੰ ਡਾਇਰੈਕਟ ਪੀਆਰ ਨਹੀਂ ਮਿਲਦੀ ਹੁੰਦੀ ਰਾਤ ਸੈਕਲ ਲਿਖਦੇ ਨੇ ਸਰ ਕੈਨੇਡਾ ਵਿਸਟਰ ਵੀਜ਼ਾ ਲਈ ਬੈਂਕ ਸਟੇਟਮੈਂਟ ਕਿਵੇਂ ਮੈਂਟੇਨ ਕਰੀਏ ਮੈਂ ਲਾਸਟ 1 ਮੰਥ ਤੋਂ ਡੇਲੀ ट्रांजैक्शन ਕਰ ਰਹੇ ਹਾਂ ਦੇਖੋ ਬ੍ਰਦਰ ਮੇਰੀ ਇੱਕ ਬਹੁਤ ਵਧੀਆ ਵੀਡੀਓ ਬਣਾਈ ਹੋਈ ਹੈ ਤੁਸੀਂ ਬੈਂਕ ਸਟੇਟਮੈਂਟ ਕਿਵੇਂ ਮੇਨਟੇਨ ਕਰਨੀ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਬਾਕੀ ਆਪਾਂ ਸਭ ਨੂੰ ਖੁਦ ਪਤਾ ਹੁੰਦਾ ਹੈ ਕਿ ਕਿਵੇਂ ਬੈਂਕ ਸਟੇਟਮੈਂਟ ਮੇਨਟੇਨ ਕਰਨੀ ਹੈ ट्रांजैक्शन ਕਰੋ ਬੈਲੈਂਸ ਹੋਵੇ ਕਿਸੇ ਤੋਂ ਕੋਈ ਲੈਣ ਦੇਣ ਕਰਨਾ ਬਾਇ ਕਾਊਂਟ ਕਰੋ ਪੇਮੈਂਟ ਲੈਣੀ ਹੈ ਬਾਇ ਕਾਊਂਟ ਚ ਲੋ ਪੇਮੈਂਟ ਦੇਣੀ ਹੈ ਬਾਇ ਕਾਊਂਟ ਤੋਂ ਸੋ ਤਦ ਕਰਕੇ ਤੁਸੀਂ ਆਪ ਦੀ ਜਿਹੜੀ ਬੈਂਕ ਸਟੇਟਮੈਂਟ ਮੇਨਟੇਨ ਕਰ ਸਕਦੇ ਹੋ ਸਚ ਕੀਰਤ ਕੌਰ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ ਕੈਨੇਡਾ ਵੀਜ਼ਾ ਰਿਫਿਊਜ਼ ਹੋ ਗਿਆ ਜੀ ਫਿਰ ਅਸੀਂ ਦੁਬਾਰਾ ਕਿੰਨੇ ਟਾਈਮ ਬਾਅਦ ਅਪਲਾਈ ਕਰ ਸਕਦੇ ਹਾਂ ਜੀ ਟੋਟਲ ਕੈਸ਼ 15 ਲੱਖ ਡੈਫਿਉਟ 10 ਲੱਖ ਐਂਡ ਗਵਰਨਮੈਂਟ ਜੌਬ ਸਤਿ ਕਿਰਤ ਕਰਦੇ ਜੇ ਤੁਹਾਡੀ ਗਵਰਨਮੈਂਟ ਜੌਬ ਹੈ ਫਿਰ ਵੀਜ਼ਾ ਰਿਫਿਊਜ਼ਲ ਹੋਣ ਦੇ ਚਾਂਸਸ ਘੱਟ ਹੁੰਦੇ ਨੇ ਸੋ ਤੁਸੀਂ ਕਿਤੇ ਨਾ ਕਿਤੇ ਕੋਈ ਗਲਤੀ ਕੀਤੀ ਹੋਣੀ ਹੈ ਤੁਸੀਂ ਇੱਕ ਤਾਂ ਮੈਨੂੰ ਆਪ ਦਾ ਜਿਹੜਾ ਐਪਲੀਕੇਸ਼ਨ ਫਾਰਮ ਹੈ ਉਹ ਸੈਂਡ ਕਰ ਦਿਓ ਕਨਫਿਊਜ਼ਲ ਸੈਂਡ ਕਰ ਦਿਓ ਮੈਂ ਦੇਖ ਲੈਣਾ ਕਿੱਥੇ ਕੋਈ ਦਿੱਕਤ ਹੈ ਦੱਸਾਂਗੇ ਤੁਹਾਨੂੰ ਕਿ ਤੁਹਾਡੀ ਹੈਲਪ ਕਰ ਸਕਦੇ ਆ ਨਹੀਂ ਬਾਕੀ ਐਦਾਂ ਦਾ ਕੋਈ ਟਾਈਮ ਫਰੇਮ ਨਹੀਂ ਹੈਗਾ ਕਿ ਇੰਨੇ ਟਾਈਮ ਬਾਅਦ ਹੀ ਵੀਜ਼ਾ ਤੁਸੀਂ ਅਪਲਾਈ ਕਰ ਸਕਦੇ ਹੋ ਤੁਸੀਂ ਕਦੇ ਵੀ ਵੀਜ਼ਾ ਅਪਲਾਈ ਕਰ ਸਕਦੇ ਹੋ ਆ ਹੁਣ ਅਸੀਂ ਇੱਕ ਆਪਣੀ ਮੇਰੀ ਦੋ ਦਿਨ ਪਹਿਲਾਂ ਵੀਡੀਓ ਮਨਿੰਦਰ ਕੌਰ ਦੀ ਹੈ ਉਹਦਾ ਅਸੀਂ ਵਿਦਨ ਵੀਕ ਅਪਲਾਈ ਕਰਤਾ ਸੀਗਾ ਉਹਦਾ ਪਹਿਲਾਂ ਰਿਫਿਊਜ਼ਲ ਸੀ ਵਿਦਨ ਵੀਕ ਦੁਬਾਰੇ ਅਪਲਾਈ ਕਰਕੇ ਵੀਜ਼ਾ ਲੈਤਾ ਵਿਨੈਂਦਰ ਗੌਰ ਦਾ ਸੋ ਕੋਈ ਮੈਟਰ ਨਹੀਂ ਕਰਦਾ ਤੁਸੀਂ ਕਦੇ ਵੀ ਕਰ ਸਕਦੇ ਹੋ ਸੋ ਦੋਸਤੋ ਇਹ ਤੁਹਾਡੇ ਕਮੈਂਟ ਸੀਗੇ ਯਾਨੀ ਕਿ ਤੁਹਾਡੇ ਸਵਾਲ ਤੇ ਮੇਰੇ ਜਵਾਬ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇ ਹੋਣਗੇ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ ਆਪਣਾ ਕੇਸ ਡਿਸਕਸ ਕਰਨ ਲਈ ਜਾਂ ਕੇਸ ਅਪਲਾਈ ਕਰਨ ਲਈ ਤੁਸੀਂ ਸਕਰੀਨ ਦੇ ਉੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ